ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਸ ਟਾਈਮ ਨਾਲ ਹੀ ਆਪਾਂ ਕੱਟ ਲਈ ਸਬਜ਼ੀ ਸਵੇਰੇ ਸਵੇਰ ਕੋ ਕਿ ਅੱਜ ਜਾਣਾ ਹੀ ਮੈਂ ਆਪਣੇ ਪੇਕੇ ਘਰ ਤੇ ਮੈਂ ਹਾਂ ਜਲਦੀ ਜਲਦੀ ਰੋਟੀ ਬਣਾ ਲਈਏ ਤੇ ਇਹਨਾਂ ਨੂੰ ਜਿਹੜੇ ਪ੍ਰਪ ਤਿਆਰ ਹੋ ਗਏ ਹੀ ਐ ਵਧੀਆ ਮੈਨੂੰ ਪੁੱਛਣ ਦੇ ਕਿ ਕਿਦਾਂ ਦੇ ਲੱਗਣ ਨੇ ਮੈਂ ਠੀਕ ਠਾਕ ਜੇ ਲੱਗਣ ਦੇ ਜੇ ਤੇ ਉਸ ਤੋਂ ਬਾਅਦ ਮੈਂ ਵੀ ਜਿਹੜਾ ਜਲਦੀ ਜਲਦੀ ਤਿਆਰ ਹੋ ਗਈ ਸੀ ਤੇ ਪਰ ਮੈਂ ਪ੍ਰਭ ਨੂੰ ਕਿਹਾ ਮੈਂ ਸੋਹਣੀ ਲੱਗਣ ਦੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈਗੀ ਤੇ ਉਸ ਤੋਂ ਬਾਅਦ ਜਿਹੜੇ ਆ ਨਾਨੀ ਆ ਗਏ ਨਾਨੀ ਕਹਿੰਦੇ ਜਲਦੀ ਜਲਦੀ ਆ ਜਾਓ ਜੇ ਤੂੰ ਹੀ ਜਾਂਦੇ ਘਰ ਦੀ ਰੌਣਕ ਜੀ ਚੱਲ ਜਾਂਦੀ ਹੈ ਮੈਂ ਕਿਹਾ ਹਾਂਜੀ ਕੋਈ ਗੱਲ ਨਹੀਂ ਨਾਨੀ ਆਪਾਂ ਜਲਦੀ ਜਲਦੀ ਆ ਜਾਾਂਗੇ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਤੁਸੀਂ ਉਸ ਤੋਂ ਬਾਅਦ ਮੈਂ ਤੇ ਪ੍ਰਭ ਨੇ ਥੋੜਾ ਸ਼ੂਟ ਕੀਤਾ ਤੇ ਇਹਦੇ ਵਿੱਚ ਕੁਝ ਚੀਜ਼ ਹੀ ਜਿਹੜੀ ਸਾਡੇ ਕੋਲ ਨਹੀਂ ਹੀ ਬ ਟੇਕ ਲਏ ਤੇ ਫਨੀ ਵੀਡੀਓ ਬਣਾਈਆਂ ਇਹਨੇ ਨੂੰ ਚਲੋ ਜੀ ਪ੍ਰਭ ਬੈਗ ਉਹ ਫੜ ਕੇ ਤਿਆਰ ਹੋ ਗਏ ਹੀ ਕਿ ਚੱਲ ਜੀ ਟਾਈਮ ਨਾਲ ਨਿਕਲੀ ਕਿਉਂਕਿ ਠੰਡ ਬੜੀ ਹੋ ਜਾਂਦੀ ਧੁੰਦ ਵੀ ਬੜੀ ਪੈ ਜਾਂਦੀ ਆ ਤੇ ਮੰਮੀ ਕਹਿੰਦੇ ਹੀ ਵੀ ਤੁਸੀਂ ਟਾਈਮ ਨਾਲ ਹੀ ਨਿਕਲੋ ਤੇ ਇਹਦੇ ਨਾਲ ਜਿਹੜੀਆਂ ਪ੍ਰਭ ਨੇ ਖਾਲੀ ਬੈਗ ਫੜ ਲਏ ਕਿਉਂਕਿ ਮੰਮੀ ਲੋੜੀ ਤੇ ਲੋੜੀ ਲੈ ਕੇ ਆਏ ਹੀ ਤੇ ਬੈ ਗ ਇੱਥੇ ਰਹਿ ਗਏ ਫੇਰ ਇੰਕੇ ਨਾਲੇ ਇਹ ਵੀ ਲੈ ਜਾਂਦੇ ਆ ਉਤੋਂ ਬਾਅਦ ਮੈਂ ਆਪਣਾ ਸਾਰਾ ਸਮਾਨ ਸਮੂਹ ਜਿਹੜਾ ਮਮੇ ਰਖਾਉਂਦਾ ਪੇ ਪ੍ਰਭ ਦੇ ਨਾਲ ਤੇ ਮੇਰੀਆਂ ਜਿਹੜੀਆਂ ਬੂਬੂ ਵਾਲੀਆਂ ਚਪਲਾਂ ਹਿਉ ਮੈਂ ਮੈਂ ਨਾਲੇ ਹੀ ਲੈ ਕੇ ਜਾਣੀ ਆ ਆਪਣੀਆਂ ਗਰਮ ਚਪਲਾਂ ਕਿਉਂਕਿ ਤੁਹਾਨੂੰ ਪਤਾ ਵੈਸੇ ਵੀ ਜਿੱਥੇ ਜਾਈਏ ਆਪਣੀਆਂ ਚਪਲਾਂ ਨਾਲੇ ਲੈ ਕੇ ਜਾਈਦੀਆਂ ਕਿਉਂਕਿ ਫਿਰ ਉੱਥੇ ਜਾ ਕੇ ਕੇ ਵਾਰ ਚਪਲਾ ਆਉਂਦੀਆਂ ਉਹ ਨਹੀਂ ਕਿਸੇ ਦੇ ਨਾਲੇ ਸਾਡੇ ਲਈ ਉੱਥੇ ਕਿਹੜਾ ਕਿੰਨੇ ਗਰਮ ਚਪਲਾ ਲੈ ਕੇ ਰੱਖੀਆਂ ਹੋਣੀਆਂ ਸਾਰੀਆਂ ਆਪਣੀਆਂ ਆਪਣੀਆਂ ਪਾਉਂਦੇ ਫਿਰ ਪ੍ਰਭ ਨਾਨੇ ਨਾ ਸ਼ਰਾਰਤ ਕਰਨ ਲੱਗੇ ਉਤਤ ਬਾਦ ਮਨਾਨੀ ਕਹਿੰਦੇ ਹੀ ਮੇਰੀ ਵੀਡੀਓ ਬਣਾਉਣਾ ਮੈਂ ਤੇ ਹਜੇ ਤਿਆਰ ਬਣੀ ਹੋਈ ਤੇ ਸਾਰੇ ਹੱਸਣ ਲੱਗ ਗਏ ਵੀ ਨਾਨੀ ਤੁਹਾਡੀ ਵੀਡੀਓ ਨਹੀਂ ਬਣਦੀ ਕੋਈ ਗੱਲ ਨਹੀਂ ਤੂੰ ਹੀ ਟੈਨਸ਼ਨ ਨਾ ਲਾਉਂ ਤੇ ਨਾਨੀ ਨੂੰ ਇਹ ਵੀ ਬੜੀ ਟੈਨਸ਼ਨ ਹੁੰਦੀ ਆ ਉਦੋਂ ਬਾਅਦ ਮੈਂ ਚਲੋ ਟੂਬੀ ਤੇ ਉਸ ਨੂੰ ਵੀ ਮਿਲਾਉਣੇ ਆ ਤੇ ਉਸ ਉਹਦੇ ਲੱਗੇ ਜਾਈਏ ਤੇ ਉਸ ਨੂੰ ਕਿਤੇ ਚਾ ਚੜ ਜਾਂਦੇ ਆ ਤੇ ਮੈਂ ਹਾਂ ਵੀ ਚਲ ਮੈਨੂੰ ਹੁਣ ਟੂਬੋ ਨੂੰ ਵੀ ਮਿਲ ਲੈਣ ਦੇ ਪਰ ਇਹ ਟੂਬੋ ਨੂੰ ਨਹੀਂ ਮੈਂ ਕਹਿੰਦਾ ਮਿਲਣਾ ਬਸ ਮੈਨੂੰ ਹੀ ਮਿਲੋ ਮੈਂ ਟੂਬੋ ਲੱਗੇ ਜਾਣ ਨਹੀਂ ਦੇਣਾ ਵਾਹ ਵੀ ਇੱਕ ਦੂਜੇ ਨਾਲ ਬੜਾ ਲੜਦੇ ਆ ਇੱਕ ਦੂਜੇ ਦੇ ਲੱਗੇ ਜਾਈਏ ਤੇ ਉਤਤ ਬਾਅਦ ਥੋੜਾ ਜਿਹਾ ਸ਼ੂਟ ਕਰਕੇ ਮੈਂ ਪ੍ਰਭੂ ਨੂੰ ਕਿਹਾ ਕਿ ਬਸ ਮੇਰੀ ਚਪਲ ਗਰਮ ਕਰ ਦੋ ਮੈਂ ਉਹੀ ਪਾ ਕੇ ਜਾਣੀ ਮੈਂ ਨਹੀਂ ਪਾ ਕੇ ਜਾਣੀ ਨਾਮ ਇੱਕ ਦਿਨ ਨਤ ਰਿਆ ਜਾਣਾ ਹੈ ਤੇ ਉਹ ਚਪਲ ਮੈਂ ਪਾਲੀ ਫਿਰ ਤੇ ਬਦਲ ਬਦਲ ਕੇ ਚਪਲ ਮੈਂ ਆ ਪਿਆ ਹੁਣ ਮੇਰੀ ਚਪਲ ਜਿਹੜੀ ਮੈਂ ਅੰਦਰ ਰੱਖ ਹੁੰਨੀ ਆ ਕਿਉਂਕਿ ਤੁਹਾਨੂੰ ਪਤਾ ਹੈ ਇਹ ਦਿਨਾਂ ਨਹੀਂ ਕੰਫਰਟੇਬਲ ਫੀਲ ਹੁੰਦਾ ਤੇ ਆਪਾਂ ਆਪਣਾ ਸ਼ਾਲ ਚੂਲ ਲੈ ਲਿਆ ਕੋਟੀ ਪਾਲੀ ਟੋਪੀ ਲਪਾਲੀ ਗਰਮ ਚਪਲਾਂ ਨਾਲ ਆ ਪੂਰਾ ਰੈਡੀ ਹੋ ਗਏ ਕਿਉਂਕਿ ਤੁਹਾਨੂੰ ਪਤਾ ਉਹ ਤੇ ਬਸ ਰੀਲਾਂ ਵਾਸਤੇ ਹੁੰਦਾ ਅਸਲੀ ਅਵਤਾਰ ਆਪਣਾ ਇਹ ਹੀ ਹੁੰਦਾ ਹੈ ਕਿਉਂਕਿ ਐਨੀ ਠੰਡ ਚ ਕੌਣ ਕਰੇ ਫਿਰ ਮੈਂ ਮੰਮੀ ਨੂੰ ਮਿਲਿਆ ਮੈਂ ਹਾਂ ਚਲੋ ਮੰਮੀ ਠੀਕ ਆ ਫਿਰ ਚੱਲੀਏ ਤੇ ਆ ਜਾਣਾ ਆਪਾਂ ਇੱਕ ਦਿਨ ਦੇ ਵਿੱਚ ਹੀ ਤੇ ਮੈਂ ਮੰਮੀ ਕਹਿੰਦੇ ਮੈਂ ਮੰਮੀ ਨੂੰ ਕਹਿੰਦੀ ਆ ਮੰਮੀ ਮੇਰੇ ਹੱਥ ਬੜੇ ਠੰਡੇ ਹੋ ਗਏ ਤੇ ਮੰਮੀ ਆਂਦੇ ਮੇਰੇ ਵੇਖ ਲਾ ਤੇ ਹੀ ਮੈਂ ਤੇ ਮੰਮੀ ਇੱਕ ਦੂਜੇ ਦੇ ਹੱਥ ਗਰਮ ਕਰਨ ਦੇ ਤੇ ਉਸ ਤੋਂ ਬਾਅਦ ਪ੍ਰਭੂ ਵੀ ਮੰਮੀ ਨੂੰ ਮਿਲਲੇ ਪ੍ਰਭੂ ਵੀ ਮੰਮੀ ਨੂੰ ਮਿਲ ਲਿਆ ਤੇ ਪ੍ਰਭੂ ਨੇ ਮੰਮੀ ਨੂੰ ਛੱਡਣ ਹੀ ਨਹੀਂ ਦੇ ਕਦੀ ਕਦੀ ਖੁੱਝਾ ਜ਼ਿਆਦਾ ਪਿਆਰ ਆ ਜਾਂਦਾ ਨਾ ਤੇ ਫੇਰ ਅਸੀਂ ਕੀਤਾ ਬਾਏ ਬਾਏ ਕਿ ਚਲੋ ਠੀਕ ਹੈ ਮੰਮੀ ਅਸੀਂ ਚੱਲੇ ਆ ਹੁਣ ਤੇ ਬਾਹਰ ਵੇਖਿਆ ਵੀ ਗੰਨੇ ਦੀ ਪਟਾਈ ਪਟੂਈ ਚੱਲਣ ਡਈ ਹੀ ਤੇ ਹਜੇ ਤੇ ਮੌਸਮ ਠੀਕ ਹੀ ਧੁੰਦ ਧੁੰਦ ਵੀ ਤੇ ਇੱਧਰ ਰਾਹ ਜਿ ਰੁਕ ਗਏ ਕਹਿੰਦੇ ਮੇਰੀ ਪਸੰਦ ਦੇ ਹੀ ਗਾਣੇ ਲੱਗਣਗੇ ਤੇਰੀ ਪਸੰਦ ਦੇ ਲੱਗਣੇ ਨਹੀਂ ਆ ਰਾਹ ਜ ਗੱਡੀ ਰੋਕ ਲਈ ਵੀ ਗਾਣੇ ਲੱਗਣਗੇ ਤੇ ਮੈਂ ਗੱਡੀ ਤੋੜਨੀ ਹੈ ਨਹੀਂ ਤੇ ਮੈਂ ਨਹੀਂ ਤੋੜਨੀ ਇੱਕ ਤੇ ਬੜਾ ਪੰਗਾ ਹੈ ਨਾ ਦੇ ਪਸੰਦ ਦਾ ਗਾਣਾ ਨਾ ਲੱਗੇ ਤੇ ਗੱਡੀ ਉੱਥੇ ਰੋਕ ਕੇ ਗਾਣੇ ਲਾਉਣ ਡਾ ਪੈਂਦੇ ਤੇ ਇੱਥੇ ਬਾਬਾ ਇਹਦਾ ਨਗਰ ਕੀਰਤਨ ਜਿਹੜਾ ਉਹ ਨੰਗਣ ਡਿਆ ਹੀ ਤੇ ਬੜਾ ਹੀ ਵਧੀਆ ਲੱਗਾ ਕਿਉਂਕਿ ਕਾਫੀ ਲੰਮਾ ਨਗਰ ਕੀਰਤਨ ਹੀ ਮਤਲਬ ਤੇ ਸਾਰਾ ਮੈਨੂੰ ਬੜਾ ਵਧੀਆ ਲੱਗਾ ਵੇਖ ਕੇ ਕਿ ਹਣਾ ਤੇ ਉਸ ਤੋਂ ਬਾਅਦ ਜਿਹੜਾ ਫੇਰ ਅਸੀਂ ਆਪਣੇ ਰੂਟ ਨੂੰ ਤੁਰ ਪਏ ਕਾਫੀ ਟਰਾਲੀਆਂ ਹੈਗੀਆਂ ਅਸੀਂ ਵਹੇ ਇੰਨਾਂ ਦੀਆਂ ਇੱਥੇ ਅਸੀਂ ਪਹੁੰਚ ਹੀ ਗਏ ਹਾਂ ਅਧਿਕ ਰਾਹ ਦੇ ਵਿੱਚ ਇੱਥੇ ਟ੍ਰੈਫਿਕ 'ਚ ਫਸ ਗਏ ਹਾਂ ਅਸੀਂ ਤੇ ਫਿਰ ਚੱਲੇ ਜੀ ਤੁਰ ਪਏ ਫੇਰ ਅਸੀਂ ਸਭ ਤੋਂ ਪਹਿਲਾਂ ਅਸੀਂ ਸੋਚਿਆ ਵੀ ਹੁਣ ਤੁਰਤੇ ਪਏ ਆ ਤੇ ਅਹੀਂ ਸੋਚਿਆ ਵੀ ਹੁਣ ਆਪਣੇ ਭਰਾ ਨੂੰ ਮਿਲ ਕੇ ਜਾਨੇ ਆ ਕਿਉਂਕਿ ਉਹ ਰਾਹ ਵਿੱਚ ਹੀ ਹਨਾ ਦੁਕਾਨ ਆ ਉਹਦੀ ਤੇ ਮੈਂ ਹੁਣ ਉਹਨੂੰ ਵੀ ਅਹੀਂ ਮਿਲ ਕੇ ਜਾਨੇ ਆ ਤੇ ਇਧਰ ਹਾਂ ਨੂੰ ਰਾਹ ਵਿੱਚ ਗੱਟੜੀਆਂ ਵਾਲੇ ਵੀ ਮਿਲ ਗਏ ਤੇ ਪ੍ਰਾਪੰਦੇ ਕਿ ਮੈਂ ਇੱਕ ਬੱਕਰੀ ਰੱਖਣੀ ਐ ਤੇ ਇਧਰ ਭਰਾ ਨੂੰ ਫੋਨ ਲਾਇਆ ਵੀ ਹਾਂਜੀ ਹਾਂਜੀ ਜੀ ਅਹੀਂ ਆਉਣਦੇ ਆ ਫੇਰ ਆਪਾਂ ਪਹੁੰਚ ਕੇ ਦੁਕਾਨ ਤੇ ਤੇ ਅਹੀਂ ਵੇਖਿਆ ਕਿ ਦੂਜੇ ਭਰਾ ਨਾਲ ਇੱਕ ਭਰਾ ਹੋਰ ਉੱਥੇ ਆਇਆ ਸੀ ਤੇ ਇਧਰ ਆ ਵੇਖ ਲੋ ਈਲੂ ਤੇ ਉਸ ਤੋਂ ਬਾਅਦ ਮੈਂ ਗੱਡੀ 'ਚ ਉਤਰਨ ਲੱਗੀ ਤੇ ਚਲੋ ਜੀ ਮੇਰਾ ਫੋਨ ਠੱਪ ਥੱਲੇ ਫਿਰ ਰੂਬੀ ਨੇ ਆਪ ਹੀ ਚੁੱਕ ਲਿਆ ਕਹਿੰਦਾ ਤੇਰਾ ਹੀ ਹਾਰ ਰਹਿਂਦਾ ਮੈਂ ਨਹੀਂ ਟੁੱਟਿਆ ਨਹੀਂ ਟੁੱਟਿਆ ਨਹੀਂ ਫਿਰ ਇਹ ਦੁਕਾਨ ਦਾ ਪ੍ਰਭ ਨੇ ਥੋੜਾ ਜਿਹਾ ਟੂਰ ਕੱਢਿਆ ਕਹਿੰਦੇ ਕੀ ਗੱਲ ਬੜੀ ਖਾਲੀ ਖਾਲੀ ਜੀ ਹੋਈ ਕਹਿੰਦੇ ਹਜੇ ਮਾਲ ਮੋਲਾਉਣ ਵਾਲਾ ਆ ਤੇ ਫਿਰ ਥੋੜੀਆਂ ਦਵਾਈਆਂ ਵੇਖਿਆ ਫਿਰ ਆਪਾਂ ਤੁਰਪੇ ਫਿਰ ਘਰ ਨੂੰ ਤੇ ਵੇਖਿਆ ਤੁੰਦ ਬਹੁਤ ਜ਼ਿਆਦਾ ਪੈਂਡ ਹੈ ਵੀ ਹੁਣ ਕੋਈ ਹੌਲੀ ਹੌਲੀ ਤੁੰਦ ਵੱਧ ਹੀ ਜਾਣ ਦੀ ਚਲੋ ਜੀ ਫਿਰ ਆਪਾਂ ਪਹੁੰਚ ਗਏ ਘਰ ਤੇ ਪ੍ਰਭਾਂ ਦੇ ਵੀ ਠੰਡ ਮੈਨੂੰ ਬਹੁਤ ਜ਼ਿਆਦਾ ਲੱਗਣ ਦੀ ਮਮੀ ਨੇ ਰਜਾਈ ਰੱਖੀ ਵੀ ਰਜਾਈ ਚ ਬਹੁਤ ਪਰ ਇਹ ਮਹਾਰਾਜ ਜਿਹੜੇ ਹੀ ਬੂਟ ਲਾਉਣ ਲਈ ਤਿਆਰੀ ਨਹੀਂ ਹੈਗੇ ਫਿਰ ਚਲੋ ਜੀ ਆ ਗਈ ਆਪਣਾ ਚੂਸ ਜਾਸ ਆ ਗਿਆ ਨਾਲ ਹਨਾ ਸ ਇਹਨਾਂ ਦੀ ਸੇਵਾ ਪਾਣੀ ਹੋਣ ਦੀ ਫਿਰ ਵੀ ਵੀ ਕਹਾਂਗੇ ਬੂਟ ਲਾ ਕੇ ਬਹਿ ਜਾਓ ਪਰ ਕਹਿੰਦੇ ਨਹੀਂ ਮੈਂ ਹਜੇ ਬੂਟ ਨਹੀਂ ਲਾਉਣੇ ਹੈਗੇ ਮੈਂ ਤੇ ਬੈ ਗਈ ਵੀ ਆਪਣਾ ਤੇ ਪੇਕੇ ਘਰ ਮੈਂ ਤੇ ਰਾਮਨਾ ਬੈ ਗਈ ਡਰਾਈ ਫੂਡ ਖਾਂ ਡਿਆ ਵੀ ਤੇ ਸਾਰਾ ਕੁਝ ਮੈਂ ਨਹੀਂ ਬੈਣਾ ਤੇ ਨਾ ਉਹ ਆਪਾ ਤੇ ਬੈ ਕੇ ਖਾਣ ਲੱਗੇ ਆ ਚਲੋ ਇਹ ਆਪਾ ਤੇ ਰਾਮਨਾ ਡੈਪੇ ਜੂਸ ਜਾਸ ਪੀਣ ਡਰਾਈ ਫੂਡ ਖਾਣ ਪੁਜੀਆ ਭਜੀਆ ਚੱਖਣ ਡੇ ਬਹਿ ਹ ਤੇ ਇਹਨਾਂ ਦਾ ਪਤਾ ਨਹੀਂ ਕੀ ਹਾਲ ਹੀ ਇਹ ਆਂਦੇ ਵੀ ਮੈਂ ਹਜੇ ਤੱਕ ਇਦਾਂ ਹੀ ਬੈਣਾ ਫੇਰ ਆ ਗਏ ਜੀ ਆਪਣੇ ਪਕੌੜੇ ਤੇ ਪਕੌੜੇ ਗਰਮ ਗਰਮ ਖਾਣ ਦਾ ਇੰਨਾ ਮਜ਼ਾ ਆ ਠੰਡ ਵਿੱਚ ਕਹਿਣ ਦੀਆਂ ਗੱਲਾਂ ਨਹੀਂ ਮਤਲਬ ਪਕਵੜੇ ਬਣਾਏ ਵੀ ਮੰਮੀ ਨੇ ਬੜੇ ਸਵਾਦ ਹੀ ਗੋਭੀ ਵਾਲੇ ਬਣਾਏ ਹੀ ਤੇ ਉਹ ਬਣਾਏ ਹੀ ਪਨੀਰ ਵਾਲੇ ਬਣਾਏ ਹੀ ਤੇ ਨਾਲ ਗੰਡੇ ਵਾਲੇ ਤੇ ਹੁਣ ਖਾ ਲਈਏ ਤੇ ਬਾਏ ਬਾਏ ਪ੍ਰਭ ਨੇ ਕਰਤੀ ਬਾਏ ਬਾਏ